ਟਾਈਮ ਖੜ੍ਹੇ ਹਾਂ ਆਪਾਂ ਖਨੌਰੀ ਬਾਰਡਰ 'ਤੇ, ਜਿੱਥੇ ਕੱਲ੍ਹ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ, ਜਿੱਥੇ ਸ਼ੁਭਕਰਨ ਸਿੰਘ ਨਾਂ ਦਾ ਇੱਕ ਨੌਜਵਾਨ ਜਿਹੜਾ ਉਹਦੀ ਗੋਲੀ ਲੱਗਣ ਨਾਲ ਸ਼ਹਾਦਤ ਹੋ ਜਾਂਦੀ ਆ। ਸੋ ਉਹਨਾਂ ਦੇ ਨਾਲ ਜਿਹੜੇ ਸਾਥੀ ਸੀ ਉਹਨਾਂ ਨਾਲ ਆਪਾਂ ਗੱਲ ਕਰਾਂਗੇ। ਕੀ ਨਾਮ ਆ ਜੀ? ਸੁਖਦੀਪ। ਅੰਮ੍ਰਿਤਸਰ ਦੀ ਪਵਿੱਤਰ ਧਰਤੀ, ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ, ਇੱਕ ਪਰੰਪਰਾ ਦੀ ਸ਼ੁਰੂਆਤ, ਮੁੱਖ ਮੰਤਰੀ ਤੀਰਥ ਯਾਤਰਾ ਸਕੀਮ। ਉਸ ਦੀ ਉਮਰ ਅਤੇ ਉਸਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ। ਨਾਂਦੇੜ ਯਾਨੀ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ। ਬਸ ਭਗਵੰਤ ਮਾਨ ਦੇ ਬਹੁਤ ਸ਼ੁਕਰਮਾਨ ਹੈ, ਸਾਡਾ ਬੇਟਾ ਹੈ ਭਗਵੰਤ ਮਾਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ ਬੇਟੇ ਦਾ ਫਰਜ਼ ਨਿਭਾਇਆ ਹੈ। ਸੁਖਦੀਪ ਸਿੰਘ ਜੀ, ਜਿਸ ਤਰੀਕੇ ਦੇ ਨਾਲ ਉਹਦੀ ਡੈਥ ਹੋਈ ਆ, ਉਸ ਸਮੇਂ ਤੁਸੀਂ ਕਿੱਥੇ ਸੀ? ਬਸ ਅਸੀਂ ਉੱਥੇ 200-400 ਮੀਟਰ ਦੇ ਫਾਸਲੇ 'ਤੇ ਸੀ ਜੀ। ਇਹ ਘਟਨਾ ਬਾਰੇ ਦੱਸੋ ਪੂਰੀ, ਕਿਸ ਤਰੀਕੇ ਨਾਲ? ਬਸ ਉੱਥੇ ਪ੍ਰਦਰਸ਼ਨ ਕਰ ਰਿਹਾ ਸੀ, ਚੱਲ ਰਿਹਾ ਸੀ ਸ਼ਾਂਤਮਈ, ਸਾਰੇ ਨੌਜਵਾਨ ਸੀ ਉੱਥੇ ਜੀ, ਸ਼ੁਭਕਰਨ ਵੀ ਅੱਗੇ ਸੀਗਾ ਜੀ। ਮੰਨ ਲਓ ਪੀੜ ਨੂੰ ਕਹਿ ਰਿਹਾ ਸੀ ਵੀ ਆਪਾਂ ਨਹੀਂ ਇੱਦਾਂ ਨਹੀਂ ਕਰਨਾ, ਉਹ ਨਹੀਂ ਕਰਨਾ, ਤਾਂ ਉਹ ਕੰਟਰੋਲ ਕਰ ਰਿਹਾ ਸੀ ਜੀ। ਮੰਨ ਲਓ ਉਹਦੀ ਹਰਿਆਣਾ ਬਾਰਡਰ ਵੱਲ ਪਿੱਠ ਸੀਗੀ, ਤਾਂ ਭੀੜ ਨੂੰ ਮੰਨ ਲਓ ਕਹਿ ਰਿਹਾ ਸੀ ਨਹੀਂ ਆਪਾਂ ਸ਼ਾਂਤਮਈ ਆਪਣਾ ਇੱਦਾਂ ਨਹੀਂ ਕਰਨਾ, ਤਾਂ ਪਿੱਛੇ ਤੋਂ ਉਹਦੇ ਗੋਲੀ ਲੱਗੀ ਆ ਜੀ। ਮੌਕਾ ਦੇ ਉੱਤੇ ਡਿੱਗ ਪਿਆ? ਹਾਂ ਜੀ, ਉਹ ਮੌਕੇ ਦੇ ਉੱਤੇ ਜੀ। ਉਹਦਾ ਸੁਭਾਅ ਕਿੱਦਾਂ ਦਾ ਸੀ? ਬਹੁਤ ਸਾਊ ਸੁਭਾਅ ਸੀ। ਤੁਹਾਡੇ ਨਾਲ ਵਿਚਰਿਆ ਹੋਊਗਾ, ਕਿੰਨੇ ਦਿਨ ਰਿਹਾ ਉਹਦਾ, ਕਿਸ ਤਰੀਕੇ ਦੇ ਨਾਲ ਤੁਹਾਡੇ ਨਾਲ ਵਿਚਰਿਆ? ਨਹੀਂ, ਮੈਂ ਆਇਆ ਜੀ 21 ਤਰੀਕ ਨੂੰ ਜੀ। ਮੈਨੂੰ ਉਸ ਦਿਨ ਉਹ ਮੰਨ ਲਓ ਬਾਰਡਰ 'ਤੇ ਸਾਡੀ ਫੋਨ 'ਤੇ ਹੀ ਗੱਲ ਹੋਈ ਆ। ਉਹਨੂੰ ਉਸ ਦਿਨ ਪਿੰਡ ਦੇ ਨੇ ਫੋਨ ਲਾਇਆ, ਮਾਮਾ ਜੀ ਦਾ ਬੇਟਾ ਮੇਰੇ ਦਾ, ਉਹਨਾਂ ਨੇ ਫੋਨ ਲਾਇਆ ਤਾਂ ਕਿਹਾ ਵੀ ਤੁਸੀਂ ਕਿੱਥੇ ਹੋ? ਕਹਿੰਦਾ ਅਸੀਂ ਇੱਥੇ ਹੀ ਹਾਂ ਜੀ। ਉਹ ਵਿਚਰਿਆ ਅੰਕਲ ਜੀ ਮੰਨ ਲਓ ਫਾਜ਼ਿਲਕਾ ਜ਼ਿਲ੍ਹੇ ਤੋਂ ਆ ਜੀ, ਇਹਨਾਂ ਦੇ ਨਾਲ ਉਹਨਾਂ ਨੇ 10 ਦਿਨ ਵਿਚਾਰੇ ਆ, ਤਾਂ ਉਹਦੇ ਸੁਭਾਅ ਬਾਰੇ ਜਾਂ ਉਹਨਾਂ ਦੇ ਨੇਚਰ ਬਾਰੇ ਅੰਕਲ ਜੀ ਨਾਲ ਇੰਨਾ ਕੁ ਘੁਲ ਮਿਲ ਗਿਆ ਸੀ। ਜਦੋਂ ਇਹ ਮੈਨੂੰ ਹੁਣ ਇੱਥੇ 2 ਦਿਨ ਹੋ ਗਏ ਤਾਂ ਇਹ ਉਹਦੀ ਗੱਲਾਂ ਬਾਤਾਂ ਕਰਦੇ ਆ ਤਾਂ ਸੁਣਾਉਂਦੇ ਆ, ਤਾਂ ਮਾਣ ਬਹੁਤ ਭਰਿਆ ਹੁੰਦਾ ਜੀ। ਕਿੰਨੇ ਕੁ ਯਾਦ ਆ ਰਹੀ? ਯਾਦ ਤਾਂ ਜੀ ਹੁਣ ਇਹ ਦੇਖ ਲਓ, ਉਹਦੀ ਸਾਡੇ ਕੋਲ ਕਿੱਟ ਆ ਗਈ ਜੀ, ਆਹ ਪਈ ਆ ਜੀ, ਕਿੱਟ ਰਹਿ ਗਈ ਅਤੇ ਸ਼ੁਭਕਰਨ ਨਹੀਂ ਰਿਹਾ ਜੀ। ਤਾਂ ਇਹਨੂੰ ਜਦੋਂ ਵੀ ਹੁਣ ਮੀਡੀਆ ਵਾਲੇ ਆਉਂਦੇ ਆ ਤਾਂ ਅਸੀਂ ਵਾਰੀ ਵਾਰੀ ਦੇਖਦੇ ਹਾਂ, ਤਾਂ ਸਾਡਾ ਮਨ ਬਹੁਤ ਭਰ ਜਾਂਦਾ ਜੀ ਗਮ ਦੇ ਨਾਲ। ਜਦੋਂ ਇੱਥੇ ਅੰਦੋਲਨ 'ਤੇ ਗਿਆ ਸੀ ਅਤੇ ਇੱਥੇ ਕੀ ਕਹਿ ਕੇ ਗਿਆ? ਕਹਿ ਕੇ ਤਾਂ ਗਿਆ ਬਾਪੂ ਜੀ ਹੋਰਾਂ ਨੂੰ, ਕਹਿੰਦਾ ਵੀ ਤੁਸੀਂ ਇੱਥੇ ਰਹੋ, ਕਹਿੰਦਾ ਅਸੀਂ ਟਰਾਲੀ ਦੀ ਰਾਖੀ ਰੱਖੋ, ਅਸੀਂ ਅੱਗੇ ਜਾਂਦੇ ਹਾਂ, ਬੈਰੀਗੇਟ ਅੱਜ ਆਪਾਂ ਬਾਰਡਰ ਕ੍ਰੋਸ ਕਰਨਾ ਗਾ ਜੀ, ਉਹਦੇ ਆਖਰੀ ਸ਼ਬਦ ਇਹੀ ਸੀ। ਕੀ ਨਾਮ ਆ ਜੀ? ਤੋਤਾ ਸਿੰਘ ਜੀ। ਤੋਤਾ ਸਿੰਘ ਜੀ, ਜਿੰਨੇ ਦਿਨ ਤੁਹਾਡੇ ਨਾਲ ਰਿਹਾ, ਕਿਸ ਤਰੀਕੇ ਦਾ ਉਹਦਾ ਵਿਵਹਾਰ ਸੀ? ਬਹੁਤ ਵਧੀਆ ਸੁਭਾਅ ਸੀ ਉਹ ਬੱਚੇ ਦਾ, ਇੰਨਾ ਕੁ ਵਧੀਆ ਸੀਗਾ, ਨਿੱਕਾ ਅਤੇ ਹਰ ਇੱਕ ਬੰਦੇ ਨਾਲ ਮੋਹ ਪਿਆਰ ਬਣਾਇਆ ਹੋਇਆ ਸੀ। 14 ਤਰੀਕ ਤੋਂ ਲੈ ਕੇ ਉਹ ਰਾਤ ਨੂੰ ਆਏ ਸੀ ਇੱਥੇ 12 ਵਜੇ, ਅਤੇ ਅਸੀਂ ਇਕੱਠੇ ਇੱਥੇ ਸਾਰੇ ਲੰਗਰ ਬਣਾਉਂਦੇ ਸੀਗੇ ਸਾਰਿਆਂ ਨੂੰ। ਮਤਲਬ ਵੀ ਕੋਈ ਪ੍ਰਸ਼ਾਸਨ ਵਾਲਾ ਆਉਂਦਾ ਸੀ, ਕੋਈ ਮੀਡੀਆ ਵਾਲਾ ਆਉਂਦਾ ਸੀ, ਹਰੇਕ ਬੰਦੇ ਨੂੰ ਕਹਿਣਾ ਵੀਰੇ ਤੂੰ ਪ੍ਰਸ਼ਾਦਾ ਛੱਕ ਕੇ ਜਾਈਂ। ਇੰਨਾ ਠੰਡਾ ਸੁਭਾਅ ਸੀ, ਇੰਨੀਆਂ ਮਿੱਠੀਆਂ ਵਧੀਆ ਗੱਲਾਂ ਕਰਦਾ ਹੁੰਦਾ ਸੀ, ਕਦੇ ਉਹਦੇ ਮੁੱਖ 'ਤੇਉੜੀ ਨਹੀਂ ਅਸੀਂ ਦੇਖੀ ਸੀ। ਤੁਸੀਂ ਦੇਖ ਸਕਦੇ ਹੋ ਕਿ ਉਸ ਦੇ ਨਾਲ ਜਿਹੜੇ ਵਿਚਰੇ ਨੇ, ਨਾਲ ਰਹੇ ਨੇ, ਕਿੰਨੇ ਭਾਵੁਕ ਹੋ ਰਹੇ ਨੇ, ਔਰ ਬਹੁਤ ਗਮਗੀਨ ਮਾਹੌਲ ਹੈ ਇਸ ਸਮੇਂ, ਅਤੇ ਇਹ ਲੋਕ ਜਿਹੜੇ ਆ ਉਹਨੂੰ ਕਿੰਨਾ ਯਾਦ ਕਰ ਰਹੇ ਨੇ। ਸੋ ਇਹ ਸ਼ਬਦਾਂ ਰਾਹੀਂ ਬਿਆਨ ਕਰਨਾ ਬਹੁਤ ਕਠਿਨ ਹੋ ਰਿਹਾ। ਕੈਮਰਾਮੈਨ ਸੋਨੀ ਦੇ ਨਾਲ ਸਰਵਣ ਸਿੰਘ ਘੁਮਾਣ।